ਸਤਿ ਸ਼੍ਰੀ ਅਕਾਲ ABP ਸਾਂਝਾ ਤੇ ਫਰੰਟ ਫੁੱਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ। ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ। ਮਾਈਨਿੰਗ ਮਾਮਲੇ ਦੇ ਵਿੱਚ ਭੁਪਿੰਦਰ ਹਨੀ ਦੀ ਮੁਸ਼ਕਿਲ ਹੋਰ ਵੱਧ ਗਈ ਹੈ। ED ਦੀ ਸਿਫਾਰਿਸ਼ 'ਤੇ ਨਵਾਂ ਸ਼ਹਿਰ ਦੇ ਵਿੱਚ ਭੁਪਿੰਦਰ ਹਨੀ ਦੇ ਉੱਪਰ ਇੱਕ ਹੋਰ FIR ਦਰਜ ਹੋ ਗਈ ਹੈ। मनी लॉन्ड्रिंग मामले च जमानत ते आए साबका CM चरणजीत सिंह चन्नी दे पांजे भुपिंदर सिंह हनी दीआं मुश्किलां वध गईआं ने। हनी खिलाफ हुण इक होर FIR हो गई है। ਇਹ FIR ED ਦੀ ਸਿਫਾਰਿਸ਼ ਤੋਂ ਬਾਅਦ ਨਵਾਂ ਸ਼ਹਿਰ ਦੇ ਰਾਹੋਂ ਥਾਣੇ 'ਚ ਦਰਜ ਹੋਈ ਹੈ, ਜਿਸ ਦੇ ਵਿੱਚ ਭੁਪਿੰਦਰ ਸਿੰਘ ਹਨੀ ਦੇ ਨਾਲ ਕੁਦਰਤਦੀਪ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ FIR 'ਚ ਇਲਜ਼ਾਮ ਲੱਗੇ ਨੇ ਕਿ ਨਵਾਂ ਸ਼ਹਿਰ 'ਚ ਮਾਈਨਿੰਗ ਗੈਰ ਕਾਨੂੰਨੀ ਤਰੀਕੇ ਨਾਲ ਹੋਈ ਹੈ। ਇਸ ਦੇ ਨਾਲ ਹੀ ਮਾਈਨਿੰਗ ਸਾਈਟ 'ਤੇ ਮਿਲਣ ਵਾਲੀਆਂ 73 ਪਰਚੀਆਂ ਵੀ ਫਰਜ਼ੀ ਮਿਲੀਆਂ ਨੇ। ਇੱਕ ਫਰੈਸ਼ FIR ਦਰਜ ਹੋਈ ਹੈ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ, ਜਿਹੜਾ ਕਿ ਪਹਿਲਾਂ ਤੁਹਾਨੂੰ ਪਤਾ ਇੱਕ ਕੰਟੀਨਿਊਟੀ ਦੇ ਵਿੱਚ ਚੱਲ ਰਿਹਾ ਸੀਗਾ, ਇੱਕ ਕੁਦਰਤਦੀਪ ਸਿੰਘ ਏਲੀਅਸ ਲਵੀ ਔਰ ਭੁਪਿੰਦਰ ਸਿੰਘ ਏਲੀਅਸ ਹਨੀ ਦੇ ਖਿਲਾਫ ED ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀਗੀ। ਉਹ ED ਦੀ ਇਨਵੈਸਟੀਗੇਸ਼ਨ ਦੀ ਇੱਕ ਡਿਟੇਲਡ ਰਿਪੋਰਟ ਜਿਹੜੀ ਆ ਉਹ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਰਿਸੀਵ ਹੋਈ ਸੀਗੀ, ਜਿਹਦੇ 'ਚ ਦੋ ਚੀਜ਼ਾਂ ਜਿਹੜੀਆਂ ਪਿੰਨ ਪੁਆਇੰਟ ਕੀਤੀਆਂ ਸੀ ਉਹਨਾਂ ਨੇ ਮੇਨ ਕਿ ਭੁਪਿੰਦਰ ਹਨੀ ਖਿਲਾਫ ਦਰਜ ਹੋਈ ਇਹ FIR SBS ਨਗਰ ਦੇ ਥਾਣਾ ਰਾਹੋਂ 'ਚ ਦਰਜ ਕੀਤੀ ਗਈ ਹੈ। 18 ਜੁਲਾਈ ਨੂੰ 73 ਨੰਬਰ FIR ਦਰਜ ਕੀਤੀ ਗਈ। IPS ਦੀ ਧਾਰਾ 379, 406, 420, 465, 468, 471 ਤੇ 121B ਲੱਗੀ ਹੈ। ਭੁਪਿੰਦਰ ਹਨੀ ਤੇ ਕੁਦਰਤਦੀਪ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਨੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ 3 ਮੈਂਬਰੀ SIT ਦਾ ਗਠਨ ਕੀਤਾ ਗਿਆ, ਜਿਸ ਦੀ ਰਿਪੋਰਟ ਤੋਂ ਬਾਅਦ ਹੀ ਅੱਗੇ ਕਾਰਵਾਈ ਕੀਤੀ ਜਾਏਗੀ। SIT ਬਣਾਈ ਗਈ ਹੈ ਜਿਹਦੇ ਵਿੱਚ SP ਇਨਵੈਸਟੀਗੇਸ਼ਨ ਨਵਾਂ ਸ਼ਹਿਰ, DSP ਡੀ ਨਵਾਂ ਸ਼ਹਿਰ ਔਰ SHO ਰਾਹੋਂ ਜਿਹੜੇ ਨੇ ਉਹ ਟੀਮ ਦੇ ਮੈਂਬਰਸ ਨੇ। ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਕਿੰਨਾ ਲਾਸ ਹੋਇਆ ਸੀਗਾ, ਹੋਰ ਐਵੀਡੈਂਸ ਕਲੈਕਟ ਕਰਨਾ, ਉਹ ਫਰਦਰ ਜਿਹੜੀ ਟੀਮ ਆ ਉਹਦੇ ਉੱਤੇ ਕਰ ਰਹੀ ਹੈ। ਗੈਰ ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ 'ਚ 3 ਫਰਵਰੀ ਦੀ ਰਾਤ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ED ਨੇ ਗ੍ਰਿਫਤਾਰ ਕੀਤਾ ਸੀ। ED ਨੇ ਭੁਪਿੰਦਰ ਹਨੀ ਨੂੰ ਜਲੰਧਰ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਸੀ। ਇੱਥੇ ਉਸ ਤੋਂ ਕਰੀਬ 7-8 ਘੰਟੇ ਪੁੱਛਗਿੱਛ ਹੋਈ, ਪਰ ਜਦੋਂ ਭੁਪਿੰਦਰ ਹਨੀ ਦੇ ਜਵਾਬਾਂ ਤੋਂ ED ਸੰਤੁਸ਼ਟ ਨਾ ਹੋਈ ਤਾਂ ਉਸ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਸੀ। ED ਨੇ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ਤੇ ਮੋਹਾਲੀ ਅਤੇ ਲੁਧਿਆਣਾ ਦੇ ਵਿੱਚ ਰੇਡ ਕੀਤੀ ਸੀ, ਜਿਸ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਏ ਸਨ। ED ਨੇ ਕਈ ਕਰੋੜ ਹਨੀ ਦੇ ਮੋਹਾਲੀ ਸਥਿਤ ਘਰ ਅਤੇ ਕਈ ਕਰੋੜ ਉਸ ਦੇ ਦੋਸਤ ਸੰਦੀਪ ਦੇ ਲੁਧਿਆਣਾ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਸਨ। ਇਹ ਸਾਰੀ ਕਾਰਵਾਈ 2018 ਦੇ ਵਿੱਚ ਦਰਜ ਹੋਏ ਗੈਰ ਕਾਨੂੰਨੀ ਰੇਤ ਮਾਈਨਿੰਗ ਦੇ ਕੇਸ ਦੇ ਵਿੱਚ ਕੀਤੀ ਗਈ ਸੀ। ਇਹ ਕੇਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵਾਪਰਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਹੋਈ ਹੈ। ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਪਾਰਟੀ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਮਨਪ੍ਰੀਤ ਇਆਲੀ ਨੇ ਨਾ ਸਿਰਫ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਦੇ ਵਿੱਚ ਵੀ ਬਦਲਾਅ ਦੀ ਮੰਗ ਕੀਤੀ ਹੈ। 15ਵੇਂ ਰਾਸ਼ਟਰਪਤੀ ਵਜੋਂ ਰਾਇਸੀਨਾ ਦੀ ਇਹ ਰੇਸ ਕੌਣ ਜਿੱਤੇਗਾ, ਇਹ ਤਾਂ 21 ਜੁਲਾਈ ਦੇ ਚੋਣ ਨਤੀਜੇ ਤੈਅ ਕਰਨਗੇ, ਪਰ ਰਾਸ਼ਟਰਪਤੀ ਚੋਣ ਨੂੰ ਲੈ ਕੇ ਅਕਾਲੀ ਦਲ 'ਚ ਬਗਾਵਤ ਜ਼ਰੂਰ ਖੜੀ ਹੋ ਗਈ ਹੈ। ਦਾਖਾਂ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਹੈ। ਅਕਾਲੀ ਲੀਡਰਸ਼ਿਪ ਵੱਲੋਂ NDA ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਤੇ ਨਾਰਾਜ਼ਗੀ ਜਤਾਈ ਹੈ। ਮਨਪ੍ਰੀਤ ਇਆਲੀ ਦੇ ਮੁਤਾਬਕ ਪਾਰਟੀ ਲੀਡਰਸ਼ਿਪ ਨੇ NDA ਉਮੀਦਵਾਰ ਨੂੰ ਸਮਰਥਨ ਦੇਣ ਤੋਂ ਪਹਿਲਾਂ ਨਾ ਉਹਨਾਂ ਦੀ ਰਾਏ ਲਈ ਤੇ ਨਾ ਹੀ ਕਿਸੇ ਪਾਰਟੀ ਵਰਕਰ ਨੂੰ ਪੁੱਛਿਆ ਗਿਆ। ਇਸ ਚੋਣ ਦੇ ਵਿੱਚ ਜੋ ਮੈਂ ਆਪਣੇ ਤੌਰ 'ਤੇ ਜਿਹੜਾ ਇਸ ਚੋਣ ਦਾ ਬਾਈਕਾਟ ਕਰ ਰਿਹਾ, ਜੋ ਪਾਰਟੀ ਵੱਲੋਂ ਜੋ ਭਾਜਪਾ ਨੂੰ ਉਹਨਾਂ ਦੇ ਉਮੀਦਵਾਰ ਨੂੰ, ਕਿਉਂਕਿ ਜੋ ਭਾਜਪਾ ਦਾ ਉਮੀਦਵਾਰ ਆ ਉਹ ਪਛੜੇ ਕਬੀਲਿਆਂ ਦੇ ਵਿੱਚੋਂ ਆ, ਸਾਡਾ ਉਸ ਨਾਲ ਕੋਈ ਵਿਰੋਧ ਨਹੀਂ, ਲੇਕਿਨ ਜੋ ਪਾਰਟੀ ਵੱਲੋਂ ਫੈਸਲਾ ਲਿਆ ਗਿਆ ਵੋਟ ਪਾਉਣ ਦਾ, ਉਹਦੇ ਲਈ ਮੈਂ ਸਮਝਦਾ ਕਿ ਮੇਰੇ ਤੋਂ ਵੀ ਕੋਈ ਸਲਾਹ ਨਹੀਂ ਲਈ ਗਈ, ਪੁੱਛਿਆ ਨਹੀਂ ਗਿਆ। NDA ਦਾ ਜੋ ਉਮੀਦਵਾਰ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ 18 ਦਿਨ ਪਹਿਲਾਂ ਉਹਨਾਂ ਦੀ ਹਮਾਇਤ ਕਰਨ ਦਾ ਫੈਸਲਾ ਲਿਆ। ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਕੋਰ ਕਮੇਟੀ ਔਰ ਜਿਹੜੇ ਸੰਬੰਧਿਤ MP ਅਤੇ MLA ਦੀ ਸਹਿਮਤੀ ਨਾਲ ਹੋਇਆ। ਮੈਨੂੰ ਬੜੀ ਹੈਰਾਨੀ ਹੋਈ
क्योंकि जिहड़ा फैसला सर्वसम्मति नाल होया होवे ਉਹ ਫੈਸਲਾ ਕੱਲ੍ਹ 12:30 ਵਜੇ 1 ਵਜੇ ਤੱਕ ਵੀ ਜਿਹੜਾ ਫੈਸਲਾ ਉਹਨੂੰ ਮੰਨਿਆ ਗਿਆ ਹੋਵੇ ਅੱਜ ਸਡਨਲੀ ਇਹ ਕਹਿਣਾ ਕਿ ਕਿਸੇ ਨਾਲ ਸਲਾਹ ਨਹੀਂ ਕੀਤੀ ਮੈਨੂੰ ਬੜਾ ਇਹ ਦੁਖਦਾਈ ਲੱਗਾ ਕਿਉਂਕਿ ਅਸੀਂ ਕਈ ਵਾਰੀ ਜਿਹੜੀ ਇੱਦਾਂ ਦੀ ਸ਼ੋਹਰਤ ਜਿਹੜੀ ਫੋਕੀ ਜਿਹੀ ਸ਼ੋਹਰਤ ਹੁੰਦੀ ਉਹਦੇ ਲਈ ਅਸੀਂ ਕਈ ਵਾਰੀ ਬਹੁਤ ਵੱਡਾ ਮੈਂ ਤਾਂ ਗੁਨਾਹ ਹੀ ਕਹੂੰਗਾ ਕਿਉਂਕਿ ਪਾਰਟੀ ਦੀ ਪਿੱਠ ਸ਼ੁਰਾ ਬੱਜਾ ਇਸ ਵਾਰ ਪਾਰਟੀ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਮਨਪ੍ਰੀਤ ਐਲੀ ਇੱਥੇ ਨਹੀਂ ਰੁਕੇ ਐਲੀ ਨੇ ਅਕਾਲੀ ਲੀਡਰਸ਼ਿਪ ਤੇ ਵੀ ਸਵਾਲ ਚੁੱਕਦਿਆਂ ਲੀਡਰਸ਼ਿਪ 'ਚ ਬਦਲਾਅ ਦੀ ਮੰਗ ਕਰ ਦਿੱਤੀ ਮਨਪ੍ਰੀਤ ਐਲੀ ਨੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਪੰਜਾਬ ਅਤੇ ਪੰਥ ਦੇ ਮੁੱਦਿਆਂ ਦੀ ਗੱਲ ਦੀ ਥਾਂ ਸੱਤਾ ਹਾਸਲ ਕਰਨ ਦੀ ਦੌੜ 'ਚ ਲੱਗੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਲਈ ਬੜੀਆਂ ਲੜਾਈਆਂ ਲੜੀਆਂ ਨੇ ਲੇਕਿਨ ਅੱਜ ਜੋ ਹਾਲਾਤ ਪਾਰਟੀ ਦੇ ਬਣੇ ਨੇ ਅੱਜ 3 ਸੀਟਾਂ ਸਾਡੇ ਕੋਲ ਰਹਿ ਗਈਆਂ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਜੋ ਪਾਰਟੀ ਵੱਲੋਂ ਪਿਛਲੇ ਸਮੇਂ 'ਚ ਗਲਤੀਆਂ ਕੀਤੀਆਂ ਗਈਆਂ ਕੁਛ ਗਲਤ ਫੈਸਲੇ ਲਏ ਗਏ ਨੇ ਮੈਂ ਸਮਝਦਾ ਉਹ ਵੀ ਇੱਕ ਕਾਰਨ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਚਾਹੁੰਦੀ ਆ ਦੁਬਾਰਾ ਮਜ਼ਬੂਤ ਹੋਣਾ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਉਹਨਾਂ ਅਨੁਸਾਰ ਪਾਰਟੀ ਕੰਮ ਕਰੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਹੈਗੀ ਆ ਜੇ ਪਾਰਟੀ 'ਚੋਂ ਤਬਦੀਲੀਆਂ ਜਿਹੜੀਆਂ ਲੀਡਰਸ਼ਿਪ ਤਬਦੀਲੀਆਂ ਨੇ ਜਿਹੜੀਆਂ ਲਿਆਉਂਦੀਆਂ ਜਾਣ ਤਾਂ ਮੈਂ ਸਮਝਦਾ ਕਿ ਜਿਹੜੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤ ਹੋ ਸਕਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਬਹੁਤ ਵੱਡੀਆਂ ਆਸਾਂ ਨੇ ਮਨਪ੍ਰੀਤ ਐਲੀ ਦੀ ਇਹ ਬਗਾਵਤ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ ਜਦੋਂ ਕਿ ਕਾਂਗਰਸ ਨੇ ਐਲੀ ਦੇ ਇਸ ਫੈਸਲੇ ਨੂੰ ਆਧਾਰ ਬਣਾ ਕੇ ਅਕਾਲੀ ਦਲ ਨੂੰ ਤਿੱਖੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਐਲੀ ਸਾਹਿਬ ਨੇ ਆਪਦੇ ਜ਼ਮੀਰ ਦੀ ਆਵਾਜ਼ ਸੁਣੀ ਹੈ ਐਂਡ ਪਹਿਲੀ ਵਾਰੀ ਕਿਸੇ ਵਿਅਕਤੀ ਨੇ ਖੜਾ ਹੋ ਕੇ ਆਪਦੀ ਗੱਲ ਜਨਤਾ ਦੇ ਸਾਹਮਣੇ ਰੱਖੀ ਹੈ ਨਹੀਂ ਤਾਂ ਅਕਾਲੀ ਦਲ ਦੇ ਵਿੱਚ ਤਾਂ ਹਮੇਸ਼ਾ ਇਹ ਰਿਹਾ ਖਾਸ ਕਰਕੇ ਇਹੋ ਜਿਹੀਆਂ ਜਿਹੜੀਆਂ ਇਹ ਰਾਜਨੀਤਿਕ ਖੇਤਰੀ ਪਾਰਟੀਆਂ ਇਹਨਾਂ ਦੇ ਆਵਾਜ਼ ਜਦੋਂ ਵੀ ਕੋਈ ਸਿਰ ਚੁੱਕਦਾ ਹੈ ਤਾਂ ਇਹ ਉਹਨੂੰ ਉਹਦੀ ਆਵਾਜ਼ ਦਬਾ ਦਿੰਦੇ ਨੇ ਸੋ ਆਈ ਥਿੰਕ ਉਹਨਾਂ ਨੇ ਆਪਦੇ ਮਨ ਦੀ ਗੱਲ ਸੁਣੀ ਹੈ ਆਪਦੇ ਦਿਲ ਦੀ ਗੱਲ ਸੁਣੀ ਅਤੇ ਦਿਲ ਦੀ ਗੱਲ ਸੁਣਦਿਆਂ ਹੋਇਆਂ ਮਨ ਦੀ ਗੱਲ ਸੁਣਦਿਆਂ ਹੋਇਆਂ ਆਪਦੇ ਦਿਲ ਦੀ ਆਵਾਜ਼ ਦੇ ਅਤੇ ਪਹਿਰਾ ਦੇ ਕੇ ਉਹਨਾਂ ਨੇ ਰਾਸ਼ਟਰਪਤੀ ਦੀ ਵੋਟ ਨਾ ਪਾਉਣ ਤੋਂ ਇਨਕਾਰ ਕੀਤਾ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ 10 ਸਾਲ ਸੱਤਾ 'ਚ ਰਹਿਣ ਵਾਲੀ ਅਕਾਲੀ ਦਲ ਮਹਿਜ 3 ਸੀਟਾਂ 'ਤੇ ਸਿਮਟ ਕੇ ਰਹਿ ਗਈ ਜਿਨ੍ਹਾਂ 'ਚੋਂ ਮਨਪ੍ਰੀਤ ਐਲੀ ਵੀ ਸ਼ਾਮਿਲ ਨੇ ਮਨਪ੍ਰੀਤ ਐਲੀ ਅਕਾਲੀ ਦਲ ਦੇ ਵਿਧਾਇਕ ਨੇ ਹਲਕਾ ਦਾਖਾ ਤੋਂ 3ਜੀ ਵਾਰ ਵਿਧਾਇਕ ਬਣੇ ਨੇ ਪਹਿਲੀ ਵਾਰ 2012 'ਚ ਦਾਖਾ ਹਲਕੇ ਤੋਂ ਚੋਣ ਜਿੱਤੀ ਸੀ 2014 'ਚ ਲੁਧਿਆਣਾ ਤੋਂ ਮਨਪ੍ਰੀਤ ਐਲੀ ਲੋਕ ਸਭਾ ਚੋਣ ਵੀ ਲੜ ਚੁੱਕੇ ਨੇ ਹਾਲਾਂਕਿ ਕਾਂਗਰਸ ਦੇ ਰਵਨੀਤ ਬਿੱਟੂ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮਨਪ੍ਰੀਤ ਐਲੀ ਨੇ 2017 'ਚ ਮੁੜ ਦਾਖਾ ਤੋਂ ਵਿਧਾਨ ਸਭਾ ਚੋਣ ਲੜੀ ਪਰ ਆਪ ਉਮੀਦਵਾਰ HS ਫੂਲਕਾ ਤੋਂ ਹਾਰ ਗਏ ਹਾਲਾਂਕਿ 2019 'ਚ ਐਲੀ ਨੇ ਦਾਖਾ ਤੋਂ ਜਿਮਨੀ ਚੋਣ ਜ਼ਰੂਰ ਜਿੱਤ ਲਈ ਇਹ ਜਿਮਨੀ ਚੋਣ HS ਫੂਲਕਾ ਦੇ ਅਸਤੀਫੇ ਤੋਂ ਬਾਅਦ ਹੋਈ ਸੀ 2022 'ਚ ਐਲੀ ਮੁੜ ਦਾਖਾ ਤੋਂ ਵਿਧਾਇਕ ਬਣੇ ਨੇ ਉਹਨਾਂ ਨੇ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਨੂੰ 5,807 ਵੋਟਾਂ ਨਾਲ ਮਾਤ ਦਿੱਤੀ ਹੈ ਮਨਪ੍ਰੀਤ ਐਲੀ ਨੂੰ 49,909 ਵੋਟ ਮਿਲੇ ਸਨ ਜਦੋਂ ਕਿ ਕੈਪਟਨ ਸੰਦੀਪ ਸੰਧੂ ਨੂੰ 44,102 ਵੋਟ ਮਿਲੇ ਇੱਥੇ ਰੁਕਦੇ ਹਾਂ ਕਿ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਰਾਸ਼ਟਰਪਤੀ ਦੀ ਚੋਣ ਦੇ ਲਈ ਹੋਈ ਵੋਟਿੰਗ ਦੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਲਈ ਸੋਮਵਾਰ ਨੂੰ ਵੋਟਿੰਗ ਮੁਕੰਮਲ ਹੋ ਚੁੱਕੀ ਹੈ ਜਿਸ ਦੇ ਨਤੀਜੇ ਹੁਣ 21 ਜੁਲਾਈ ਨੂੰ ਆਉਣਗੇ ਜੇਕਰ ਰਾਸ਼ਟਰਪਤੀ ਦੌੜ ਦੇ ਵਿੱਚ ਸ਼ਾਮਿਲ ਚਿਹਰਿਆਂ ਦੀ ਗੱਲ ਕਰੀਏ ਤਾਂ ਮੇਨ ਟੱਕਰ ਦ੍ਰੋਪਦੀ ਮੁਰਮੂ ਅਤੇ ਜਸਵੰਤ ਸਿਨਹਾ ਦੇ ਵਿੱਚ ਚੱਲ ਰਹੀ ਹੈ ਹਾਲਾਂਕਿ NDA ਉਮੀਦਵਾਰ ਦ੍ਰੋਪਦੀ ਮੁਰਮੂ ਦਾ ਪਲੜਾ ਭਾਰੀ ਲੱਗ ਰਿਹਾ ਹੈ ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ ਨੂੰ ਵੋਟਿੰਗ ਹੋਈ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਏਗੀ ਤੇ ਫਿਰ ਪਤਾ ਲੱਗੇਗਾ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਇਸ ਵਾਰ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਚੋਣ ਦੇ ਵਿੱਚ NDA ਦੇ ਉਮੀਦਵਾਰ ਨੇ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੇ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਦ੍ਰੋਪਦੀ ਮੁਰਮੂ ਆਦਿਵਾਸੀ ਭਾਈਚਾਰੇ ਤੋਂ ਆਉਂਦੇ ਨੇ ਉਹ ਇਸ ਤੋਂ ਪਹਿਲਾਂ 2015 ਤੋਂ 2021 ਤੱਕ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਸੀਨੀਅਰ ਲੀਡਰਾਂ ਨੇ ਸਵੇਰੇ ਸਵੇਰੇ ਸੰਸਦ ਭਵਨ ਜਾ ਆਪਣੀ ਵੋਟ ਪਾਈ ਇਸ ਦੌਰਾਨ ਸਾਬਕਾ PM ਮਨਮੋਹਨ ਸਿੰਘ ਵੀ ਵ੍ਹੀਲ ਚੇਅਰ ਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਪਹੁੰਚੇ
संसद कंपलैक्स बने पोलिंग स्टेशन ते प्रधानमंत्री नरेंद्र मोदी ने वोट पाया। उधर यूपी दे मुख्यमंत्री योगी आदित्यनाथ ने भी वोट हक का इस्तेमाल किया। एनडीए वालों द्रौपदी मुर्मू उम्मीदवार ने देश भर दे विच 4800 दे करीब सांसदां ते विधायकां ने वोट हक का इस्तेमाल किया। वोटिंग दे लई सांसदां नूं हरे रंग की जदोंकि विधायकां नूं गुलाबी रंग की वोटिंग स्लिप दिती गई। वोटिंग हो रही है, मैं सारे मतदाताओं से अपील करना चाहता हूं कि वो अपनी अंतरात्मा की आवाज़ सुने। ये वोट, जैसा आप जानते हैं, इसमें पार्टी का व्हिप नहीं जारी होता है और इसमें सीक्रेट बैलेट होता है, तो इसलिए हर किसी से उम्मीद की जाती है को अपने विवेक अनुसार इसमें वोट डालेंगे। मैं उम्मीद करता हूं कि जितने मतदाता हैं पूरे देश में वो अपने विवेक का इस्तेमाल करेंगे और प्रजातंत्र को बचाने के लिए मेरे पक्ष में अपना वोट कास्ट करेंगे। संसद दे विच संगरूर तो एमपी बने सिमरनजीत सिंह मान, अमृतसर तो सांसद गुरजीत औजला, लुधियाना तो सांसद रवनीत बिट्टू ने वोट पाई। राज्यसभा मेंबरां ने भी वोट हक दा इस्तेमाल किया। राज्यसभा मेंबर राघव चड्डा, हरभजन सिंह अते बलबीर सिंह सीचेवाल ने भी वोट पाई। 15वें राष्ट्रपति दी चोण लई पंजाब विधानसभा च भी वोटिंग हुई। पंजाब दे तमाम विधायकां वल्लों अपने वोट हक दा इस्तेमाल किया गया। आम आदमी पार्टी वालों यशवंत सिन्हा का समर्थन किया गया, जदों की अकाली दल ने द्रौपदी मुर्मू का समर्थन किया सी। उधर बीजेपी प्रधान अश्विनी शर्मा ने द्रौपदी मुर्मू की जीत का दम भरिया। साडी नैशनल लीडरशिप ने, अरविंद केजरीवाल जी ने, जिहड़ा अपोजिशन के कैंडीडेट ने, एक पासे सरकार के कैंडीडेट ने कि सेंटर सरकार के कैंडीडेट, दूजे पासे अपोजिशन के कैंडीडेट ने, साडी पार्टी ने फैसला किया कि अपोजिशन के कैंडीडेट नूं सपोर्ट करनी है। सो बिल्कुल ये लोकतंत्र का मैं समझना सब तो बड़ा त्यौहार आ और आम आदमी पार्टी ने अपनी बनती भूमिका जी निभाई है। बिल्कुल असं जी देश की केंद्र सरकार की जो नीतियां नेगियां जा केंद्र सरकार का जो काम कर तरीका गा और उन्हें अपना कैंडीडेट खड़ा किया गा, असी साडा अपोजिशन का कैंडीडेट खड़ा किया गा, सो असी जिहड़ियां साडियां नीतियां ने असीं उस नीतियां नूं अगे लैके जा रहे। ये हिंदुस्तान के लोकतंत्र की खूबसूरती है कि इत्थे जिहड़ा लोकी तय करते ने और राष्ट्रपति के चुनाव के अंदर MLA MP ਨੂੰ ਅਧਿਕਾਰ ਹੈ ਵੋਟ ਪਾਉਣ ਦਾ, ਉਹ ਵੀ ਜਨਤਾ ਦੇ ਪ੍ਰਤੀਨਿਧੀ ਦੇ ਰੂਪ ਦੇ ਅੰਦਰ ਉਹਦਾ ਚੁਣਾਵ ਕਰਦੇ ਨੇ ਔਰ ਕੁੱਲ ਮਿਲਾ ਕੇ ਉਹਦਾ ਪ੍ਰਣਾਮ ਕੀ ਆਉਂਦਾ ਹੈ, ਮਹੱਤਵਪੂਰਨ ਉਹ ਰਹਿੰਦਾ ਹੈ। ਕਿਹਦਾ ਪ੍ਰਣਾ ਕਿੱਥੇ ਭਾਰੀ ਹੈ ਕਿੱਥੇ ਨਹੀਂ ਭਾਰੀ ਉਹ ਨਹੀਂ ਮਹੱਤਵਪੂਰਨ, ਮਹੱਤਵਪੂਰਨ ਇਹ ਹੈ ਕਿ ਰਿਜ਼ਲਟ ਕੀ ਆਉਂਦਾ ਹੈ। ਔਰ ਭਾਰਤੀ ਜਨਤਾ ਪਾਰਟੀ ਨੇ ਇੱਕ ਆਦਿਵਾਸੀ ਮਹਿਲਾ ਨੂੰ ਰਾਸ਼ਟਰਪਤੀ ਪਦ ਦੇ ਲਈ ਆਪਣਾ NDA ਦਾ ਉਮੀਦਵਾਰ ਬਣਾਇਆ और मैनूं तां लगदा कि उहदे अंदर देश दा और महिलावां नूं जिहड़ा सशक्तिकरण की गल असीं कहिंदे आ, SD और शड्यूल ट्राइब की जिहड़ी गल करदे आ, BJP ने उहदे उत्ते पैरा दित्ता और करके दस्सिया हैगा। और जिस प्रकार उहनां नूं राजनीतिक प्रदियां तों बाहर निकल के पार्टियां दा समर्थन हासिल होया, उह इस NDA दी सोच दे उत्ते मोहर लगांदा हैगा। भारत के राष्ट्रपति की चोन इलेक्टोरल कॉलेज द्वारा की जाती है। इसका हिस्सा लोकसभा, राज्यसभा के संसद मैंबर और विधानसभा के विधायक होंगे ने। विधान परिषद के मैंबर इसका हिस्सा नहीं होंगे। लोकसभा और राज्यसभा के नामजद मैंबर भी इसका हिस्सा नहीं होंगे ने। इन्हों चोणों के हर मैंबर के वोट का वक्रा वक्रा मुल हों, लोकसभा और राज्यसभा के हर वोट का इको मुल हों, जदों की विधानसभा मैंबर के मामले के वक्रा वक्रा हों। सूबे की जनसंख्या के आधार पर तय किया जाता है। राष्ट्रपति चोणों बारे खास गल यह भी है कि इस मशीन की वरतों नहीं की जाती। राष्ट्रपति चोण लई वोटां दा गणित इस बार कुछ इस तरह है। विधायकों की कुल गिनती 4033 है, जदों की लोकसभा ते राज्यसभा सांसदां की गिनती 776 है, यानी कुल इलैक्टोरल होए 4809। इन्हां दे विच्चों विधायकों की वोट का कुल वैल्यू होया 5,43,231, जदों की सांसदां की वोट का कुल वैल्यू होया 5,43,200, यानी कि कुल वोट वैल्यू होया 10,86,431। जित दे लई जरूरी वोट ने 5,43,216।
इस चोण दे विच देश भर दे चुने सांसद अते सारे राज्यां दे चुने हुए विधायक वोट पाउंदे ने ते इन्हां दी कुल गिनती 4800 है। MPs दे वोटां दी वैल्यू दा फॉर्मूला कुछ इस तरह दे नाल है। एक सांसद दे वोट दी वैल्यू सारे चुने विधायकां दे वोटां दी कुल वैल्यू यानी कि 5,43,231 नूं तकसीम कीता जांदा है दोवें सदनां दे चुने हुए सांसदां दी संख्या यानी कि 776 दे नाल। इस तरह दे नाल एक सांसद दे वोट दी वैल्यू बनी 700 अते सांसदां दे कुल वोटां दी वैल्यू निकलदी है 5,43,200। विधायकां दा वोट मुल वख-वख सूबयां दे विच वख-वख हुंदा है। किसी भी राज दे विधायकां दी कुल गिनती दे विच पहला 1000 नूं गुणा करना हुंदा है। जो भी संख्या आउंदी है उस नूं राज दी कुल जनसंख्या दे नाल भाग करना हुंदा है। विधायकां दे वोट दी वैल्यू दा फार्मूला कुछ इस तरह दे नाल है। एक विधायक दे वोट दी वैल्यू हुंदी है यानी कि राज या फिर यूटी दी कुल आबादी नूं तकसीम कीता जांदा है विधानसभा दे चुने गए कुल मैंबरां दी गिनती दे नाल। ਇਥੋਂ ਜੋ ਵੀ ਨਤੀਜਾ ਆਉਂਦਾ ਹੈ ਉਹ ਇੱਕ ਵਿਧਾਇਕ ਦਾ ਵੋਟ ਮੁੱਲ ਹੁੰਦਾ ਹੈ। ਸਾਂਸਦ ਦਾ ਵੋਟ ਮੁੱਲ ਕੱਢਣਾ ਹੋਰ ਵੀ ਟੇਢੀ ਖੀਰ ਹੈ। ਇਸ ਪ੍ਰਕਿਰਿਆ ਨੂੰ ਇੰਨਾ ਔਖਾ ਇਸ ਲਈ ਵੀ ਬਣਾਇਆ ਗਿਆ ਤਾਂ ਕਿ ਰਾਸ਼ਟਰਪਤੀ ਚੋਣ ਦੇ ਵਿੱਚ ਰਾਜਾਂ ਦੀ ਦੋਹਰੀ ਭਾਗੀਦਾਰੀ ਹੋਵੇ। ਇੱਥੇ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਹਾਈ ਕੋਰਟ ਤੋਂ ਆਈਆਂ ਦੋ ਅਹਿਮ ਖਬਰਾਂ ਦੀ। ब्रेक तो बाद स्वागत है। मूसेवाला के मैनेजर शगनप्रीत नूं हाई कोर्ट ने झटका दे दिता है। हाई कोर्ट ने शगनप्रीत की अगाऊ जमानत वाली अर्जी नूं खारिज कर दिता है। उधर दूसरे मामले में सुनवाई करदे आ हाई कोर्ट के वलों जंगलात घोटाले विच घिरे साबका मंत्री संगत सिंह गिलजिया नूं वड्डी राहत मिली है। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਸ਼ਗਨਪ੍ਰੀਤ ਦੀ ਅਗਾਊ ਜ਼ਮਾਨਤ ਦੇ ਲਈ ਪਾਈ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਅਗਾਊ ਜ਼ਮਾਨਤ ਉਸਨੇ ਵਿੱਕੀ ਮਿੰਡੂਖੇੜਾ ਕਤਲ ਕੇਸ 'ਚ ਮੰਗੀ ਸੀ। ਸ਼ਗਨਪ੍ਰੀਤ ਇਸ ਵਕਤ ਆਸਟ੍ਰੇਲੀਆ 'ਚ ਹੈ। ਹਾਲਾਂਕਿ ਹਾਈ ਕੋਰਟ ਨੇ ਭਾਰਤ ਆਉਣ ਤੇ ਉਸਨੂੰ ਸੁਰੱਖਿਆ ਦੇਣ ਦੇ ਲਈ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਨੇ। ਸ਼ਗਨਪ੍ਰੀਤ ਨੂੰ ਲਾਰੈਂਸ ਗੈਂਗ ਤੋਂ ਆਪਣੀ ਜਾਨ ਨੂੰ ਖਤਰੇ ਦਾ ਡਰ ਸਤਾ ਰਿਹਾ ਹੈ ਕਿਉਂਕਿ ਲਾਰੈਂਸ ਗੈਂਗ ਨੂੰ ਲੱਗਦਾ ਹੈ ਕਿ ਸ਼ਗਨਪ੍ਰੀਤ ਵਿੱਕੀ ਮਿੰਡੂਖੇੜਾ ਕਤਲ 'ਚ ਸ਼ਾਮਿਲ ਹੈ। ਵਿੱਕੀ ਦੇ ਕਤਲ ਦਾ ਬਦਲਾ ਲੈਣ ਦੇ ਲਈ ਲਾਰੈਂਸ ਗੈਂਗ ਮੂਸੇਵਾਲਾ ਦਾ ਕਤਲ ਕਰ ਚੁੱਕਿਆ ਹੈ। ਸ਼ਗਨਪ੍ਰੀਤ ਅਪ੍ਰੈਲ ਮਹੀਨੇ ਹੀ ਵਿਦੇਸ਼ ਚਲਾ ਗਿਆ ਸੀ। ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ। ਯੂਥ ਅਕਾਲੀ ਦਲ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦਾ ਸ਼ਰੇਆਮ ਮਾਰਕੀਟ 'ਚ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 8 ਅਗਸਤ 2021 ਨੂੰ ਮੋਹਾਲੀ ਦੇ ਸੈਕਟਰ 71 ਦੀ ਮਾਰਕੀਟ 'ਚ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ। ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਨੇ ਮਿੱਡੂਖੇੜਾ ਨੂੰ ਗੋਲੀਆਂ ਮਾਰੀਆਂ ਸਨ। ਵਿੱਕੀ ਮਿੱਡੂਖੇੜਾ ਦੇ ਕਤਲ ਸੰਬੰਧੀ ਥਾਣਾ ਮਟੌਰ ਵਿਖੇ ਕੇਸ ਨੰਬਰ 168 ਦਰਜ ਕੀਤਾ ਗਿਆ ਸੀ। ਫੇਸਬੁੱਕ ਪੋਸਟ 'ਚ ਦਵਿੰਦਰ ਬੰਬੀਹਾ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕਤਲ ਪਿੱਛੇ ਗੌਰਵ ਪਟਿਆਲ ਉਰਫ ਲੱਕੀ ਪਟਿਆਲ ਦਾ ਹੱਥ ਸਾਹਮਣੇ ਆਇਆ ਸੀ। ਲੱਕੀ ਪਟਿਆਲ ਉਸ ਸਮੇਂ ਦਵਿੰਦਰ ਬੰਬੀਹਾ ਗਿਰੋਹ ਨੂੰ ਚਲਾ ਰਿਹਾ ਸੀ। ਇਸ ਕਤਲ ਕੇਸ 'ਚ ਸ਼ਗਨਪ੍ਰੀਤ ਦੀ ਸ਼ੱਕੀ ਭੂਮਿਕਾ ਦੱਸੀ ਗਈ ਹੈ। ਸ਼ਗਨਪ੍ਰੀਤ ਉੱਤੇ ਸ਼ੂਟਰਾਂ ਨੂੰ ਪਨਾਹ ਦੇਣ ਤੇ ਮਦਦ ਕਰਨ ਦੇ ਇਲਜ਼ਾਮ ਲੱਗੇ ਨੇ। ਸ਼ਗਨਪ੍ਰੀਤ 6 ਅਪ੍ਰੈਲ 2022 ਨੂੰ ਵਿਦੇਸ਼ ਚਲਾ ਗਿਆ ਸੀ। 10 ਅਪ੍ਰੈਲ ਨੂੰ ਥਾਣਾ ਮਟੌਰ ਪੁਲਿਸ ਨੇ ਸ਼ਗਨਪ੍ਰੀਤ ਨੂੰ ਨਾਮਜ਼ਦ ਕੀਤਾ ਸੀ। ਸ਼ਗਨਪ੍ਰੀਤ ਨੂੰ ਭਾਵੇਂ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਨਾ ਮਿਲੀ ਹੋਵੇ ਪਰ ਜੰਗਲਾਤ ਘੋਟਾਲੇ 'ਚ ਘਿਰੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਅਦਾਲਤ ਨੇ ਜ਼ਰੂਰ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਉੱਤੇ 25 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਤੋਂ ਮਾਮਲੇ ਸੰਬੰਧੀ ਸਟੇਟਸ ਰਿਪੋਰਟ ਵੀ ਤਲਬ ਕੀਤੀ ਹੈ, ਯਾਨੀ ਇਸ ਮਾਮਲੇ 'ਚ ਗਿਲਜੀਆਂ ਉੱਤੇ ਕੀ ਇਲਜ਼ਾਮ ਨੇ ਅਤੇ ਵਿਜੀਲੈਂਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ। ਇਹ ਪੂਰੇ ਤੱਥ ਅਦਾਲਤ ਅੱਗੇ ਪੇਸ਼ ਕਰਨ ਲਈ ਕਿਹਾ ਗਿਆ। ਗਿਲਜੀਆਂ ਨੂੰ ਮਿਲੀ ਇਹ ਅਗਾਊ ਜ਼ਮਾਨਤ ਪੰਜਾਬ ਸਰਕਾਰ ਦੇ ਲਈ ਵੱਡਾ ਝਟਕਾ ਹੈ, ਜੋ ਲਗਾਤਾਰ ਆਪਣੀ ਇਮੇਜ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈ ਦੇ ਦਾਅਵੇ ਕਰ ਰਹੀ ਹੈ।
हालांकि इस मामले च विजिलेंस गिलजियां दे भतीजे दिलजीत नूं पहलां ही गिरफ्तार कर चुकी है। फिलहाल दिलजीत विजिलेंस दे रिमांड उत्ते है। विजिलेंस दा इल्जाम है कि दिलजीत संगत सिंह गिलजियां दा सारा कामकाज देखदा सी। फॉरेस्ट घोटाले च धर्मसोत तो बाद गिलजियां उत्ते भी FIR दर्ज हुई सी। चरणजीत सिंह चन्नी दे कार्यकाल दौरान संगत सिंह गिलजियां नूं जंगलात विभाग की जिम्मेवारी सौंपी गई सी। इस दौरान उन्हां उत्ते रिश्वत लैण दे इल्जाम लगे सन। हुण तक की जांच च सामने आया है कि फॉरेस्ट घोटाले के दौरान एक दरख्त कट्टण दे लई संगत सिंह गिलजियां नूं 500 रुपए दिते जांदे सी ते DF नूं 200 रुपए मिलते सन। रेंज अफसर ब्लाक अफसर 100-100 रुपए लेंदे सन। फॉरेस्ट गार्ड का भी इस रिश्वतखोरी च हिस्सा फिक्स हुंदा सी। तां फिलहाल फ्रंट फुट दे विच इन्ना ही, पर नवीं ते देश दुनिया दी वड्डी खबरां लई तुसीं बने रहो ABP सांझा दे नाल।